ਤੁਹਾਡੇ ਤੇ ਜਿਹੜਾ ਬੈਸਟ ਡੋਸਾ ਜਿਹੜਾ ਕਿ ਸਾਨੂੰ ਵੀ ਤੁਸੀਂ ਖਵਾਣਾ ਹੈ ਅਸੀਂ ਵੀ ਖਾਵਾਂਗੇ ਤੇ ਮਤਲਬ ਜਿਹੜਾ ਲੋਕ ਪਸੰਦ ਕਰਦੇ ਨੇ ਕਿ ਹਾਂ ਇਹ ਬਿਲਕੁਲ ਡਿਫਰੈਂਟ ਹੈ ਡੋਸਾ ਹੈਗਾ ਉਦਾਂ ਦੇ ਸਾਡੇ ਮਸਾਲੇ ਡੋਸੇ ਦੀ ਕੁਆਂਟਿਟੀ ਜ਼ਿਆਦਾ ਵਿਕਦੀ ਹੈ ਉਦਾਂ ਸਾਡਾ ਸਪੈਸ਼ਲ ਹੈ ਪੀਜ਼ਾ ਡੋਸਾ ਵਾਲਾ ਤੁਹਾਡਾ ਲੈਸਿਸ ਦਾ ਕੰਮ ਸੀਗਾ ਉਹ ਕੋਵਿਡ ਮਹਾਮਾਰੀ ਦੇ ਕਾਰਨ ਡਿਸਟਰਬ ਹੋਇਆ ਹਾਂਜੀ ਕੋਵਿਡ ਜਦੋਂ ਆਇਆ ਤੇ ਜਦੋਂ ਫਸਟ ਲੋਕਡਾਊਨ ਲੱਗਿਆ ਉਸ ਤੋਂ ਬਾਅਦ ਫਸਟ ਮੰਥ ਤੇ ਕੰਮ ਸਹੀ ਚੱਲਿਆ ਸਾਡਾ ਨਾ ਤੇ ਉਸ ਤੋਂ ਬਾਅਦ ਸਾਡਾ ਥੋੜਾ ਸਲੋ ਹੋ ਗਿਆ ਕੰਮ ਬਾਅਦ ਅੱਛਾ ਪ੍ਰਤੀਕ ਕਿਸ ਤਰ੍ਹਾਂ ਮੋਟੀਵੇਸ਼ਨ ਮਿਲੀ ਡੋਸਾ ਬਣਾਉਣ ਦੀ ਇੱਕ ਤੇ ਇਹ ਖਾਣ ਪੀਣ ਦਾ ਕੰਮ ਹੈ ਕਦੀ ਬੰਦ ਹੀ ਨਹੀਂ ਹੋ ਸਕਦਾ ਇੱਕ ਤੇ ਇਹ ਸੋਚਿਆ ਸੀ ਕਿ ਹਰ ਕੋਈ 50-60 ਰੁਪਏ ਆਪਣੇ ਲਈ ਕੱਢ ਲੈਂਦਾ ਆ ਇਹ ਡੋਸਾ ਕਿੰਨੇ ਦਿਨ ਤੱਕ ਤਿਆਰ ਹੋ ਗਿਆ ਸੀਗਾ ਤੁਹਾਨੂੰ ਲੱਗਾ ਕਿ ਹੁਣ ਮੈਂ ਜਿਹੜਾ ਇਹ ਸੇਲ ਕਰ ਸਕਦਾ ਸੇਲ ਤੇ ਵੀ ਇੱਦਾਂ ਆਪਾਂ ਚਾਰ ਸਿੱਖਿਆ ਤਾਂ ਇੱਥੇ ਆ ਕੇ ਖੜੇ ਹੋ ਗਏ ਹੀ ਆ ਲੋਕਾਂ ਕੋਲੋਂ ਕਿ 4 ਦਿਨ ਆਪਾਂ ਘਰ ਪ੍ਰੈਕਟਿਸ ਕੀਤੀ 5ਵੇਂ ਦਿਨ ਇੱਥੇ ਲਾ ਲਿਆ ਤੁਹਾਨੂੰ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਪੰਜਾਬੀਆਂ ਆਪਾਂ ਹੈ ਆਪਾਂ ਸਿੱਖਾਂ ਕੋਈ ਹੋਰ ਕੰਮ ਕਰ ਲੈ ਡੋਸੇ ਨਹੀਂ ਬਣਾਉਣੇ ਇੱਥੇ ਸਾਰੇ ਐਪਰੀਸ਼ੀਏਟ ਕਰਦੇ ਆ ਮੈਂ ਜਿੰਨੇ ਵੀ ਸਾਡੇ ਕਸਟਮਰ ਆਉਂਦੇ ਸਾਰੇ ਐਪਰੀਸ਼ੀਏਟ ਕਰਦੇ ਸਰ ਉਹ ਸਗੋਂ ਮਤਲਬ ਕਰਦੇ ਆ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਿ ਹਾਂ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਦਿਲ ਕਦੇ ਕਿਸੇ ਦਾ ਦੁਖਾਇਓ ਨਾ ਸੋ ਇਹ ਪੰਜਾਬੀ ਗੀਤ ਇਹਦੀਆਂ ਤੁੱਕਾਂ ਤੋਂ ਹੀ ਸਾਫ਼ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬੀ ਹਮੇਸ਼ਾ ਖਾਣ ਪੀਣ 'ਚ ਜਾਣੇ ਜਾਂਦੇ ਨੇ ਖਾਣਾ ਪੀਣਾ ਹਰ ਤਰ੍ਹਾਂ ਦੀ ਵਰਾਇਟੀ ਦਾ ਫਿਰ ਚਾਹੇ ਉਹ ਫਾਸਟ ਫੂਡ ਹੋਵੇ ਚਾਈਨੀਜ਼ ਹੋਵੇ ਅਤੇ ਫਿਰ ਚਾਹੇ ਉਹ ਸਾਊਥ ਇੰਡੀਅਨ ਕਿਉਂ ਨਾ ਹੋਵੇ ਸਾਊਥ ਇੰਡੀਅਨ ਦੀ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਇੱਕ ਖਾਸ ਇੰਟਰਵਿਊ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਸਾਊਥ ਇੰਡੀਅਨ ਡੋਸਾ ਬਹੁਤ ਮਸ਼ਹੂਰ ਹੈ ਹਰ ਕੋਈ ਨੂੰ ਖਾਣਾ ਵੀ ਪਸੰਦ ਕਰਦਾ ਔਰ ਬਹੁਤ ਟੇਸਟੀ ਵੀ ਹੁੰਦਾ ਪਰ ਸਾਊਥ ਇੰਡੀਅਨ ਰੈਸਟੋਰੈਂਟ 'ਚ ਜਾ ਕੇ ਡੋਸਾ ਖਾਧਾ ਜਾਂਦਾ ਜਾਂ ਸਾਊਥ ਇੰਡੀਅਨ ਬੰਦੇ ਦੇ ਹੱਥੋਂ ਬਣਿਆ ਹੋਇਆ ਡੋਸਾ ਖਾਧਾ ਜਾਂਦਾ ਜਿਹੜਾ ਕਿ ਹਰ ਕਿਸੇ ਨੂੰ ਪਸੰਦ ਹੁੰਦਾ ਪਰ ਅੱਜ ਜੋ ਮੈਂ ਇੱਕ ਖਾਸ ਚੀਜ਼ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਉਹ ਹੈ ਜੀ ਡੋਸਾ ਡੋਸਾ ਅਸੀਂ ਖਾਵਾਂਗੇ ਵੀ ਦੇਖਾਂਗੇ ਵੀ ਕਿਵੇਂ ਬਣਦਾ ਪਰ ਇਹ ਡੋਸਾ ਕੋਈ ਸਾਊਥ ਇੰਡੀਅਨ ਵਿਅਕਤੀ ਨਹੀਂ ਬਲਕਿ ਪੰਜਾਬੀ ਸਿੱਖ ਸਰਦਾਰ ਜਿਹੜਾ ਹੈ ਜੀ ਹੈ ਉਹ ਬਣਾਉਂਦਾ ਸੋ ਅੱਜ ਉਹਨਾਂ ਨਾਲ ਮੁਲਾਕਾਤ ਹੋ ਰਹੀ ਹੈ ਕਿਵੇਂ ਉਹਨਾਂ ਨੂੰ ਮੋਟੀਵੇਸ਼ਨ ਮਿਲੀ ਕਿ ਉਹਨਾਂ ਨੇ ਡੋਸੇ ਬਣਾਉਣ ਬਾਰੇ ਸੋਚਿਆ ਕੀ ਵਕਤ ਆਇਆ ਕੀ ਹੋਇਆ ਇਹੋ ਜਿਹਾ ਕਿ ਇਹਨਾਂ ਨੇ ਇਸ ਤਰੀਕੇ ਦੇ ਨਾਲ ਸਟਰੀਟ ਫੂਡ ਲਗਾਇਆ ਬਟ ਸੱਚ ਜਾਣਿਓ ਇਹ ਜਿਹੜਾ ਸਟਰੀਟ ਫੂਡ ਹੈ ਬਹੁਤ ਜ਼ਿਆਦਾ ਟੇਸਟੀ ਹੈ ਔਰ ਬਹੁਤ ਟੇਸਟੀ ਇਹ ਡੋਸਾ ਬਣਾਉਂਦੇ ਨੇ ਔਰ ਸ਼ਾਮ ਦੇ ਸਮੇਂ ਬਹੁਤ ਜ਼ਿਆਦਾ ਭੀੜ ਇਹਨਾਂ ਦੇ ਇੱਥੇ ਹੁੰਦੀ ਹੈ ਹਰ ਕੋਈ ਇਹਨਾਂ ਦੇ ਹੱਥ ਦਾ ਬਣਿਆ ਹੋਇਆ ਡੋਸਾ ਖਾਣਾ ਪਸੰਦ ਕਰਦਾ ਸੋ ਸਰ ਬਹੁਤ ਬਹੁਤ ਸਵਾਗਤ ਹੈ HSN TV 'ਤੇ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਤੀਕ ਹੈ ਪ੍ਰਤੀਕ ਕਿਸ ਤਰ੍ਹਾਂ ਪਹਿਲਾਂ ਤਾਂ ਆਪਣੀ ਬੈਕਗ੍ਰਾਉਂਡ ਦੱਸੋ ਸਾਨੂੰ ਮੈਂ ਉਹਦਾ ਸਹਾਰਨਪੁਰ ਯੂਪੀ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਨੂੰ ਜਲੰਧਰ ਆਏ 9 ਸਾਲ ਹੋ ਗਏ ਇੱਦਾਂ ਅਤੇ ਬਾਕੀ ਪਹਿਲੇ ਆਪਣਾ ਕੰਮ ਸੀਗਾ ਲੈਸਾਂ ਵਗੈਰਾ ਦਾ ਇਸ ਤੋਂ ਪਹਿਲਾਂ ਲੈਸ ਬਟਨ ਵਗੈਰਾ ਸ਼ੋਪ ਸੀਗੀ ਆਪਣੀ ਨਾਲ ਨਾਲ ਸਪਲਾਈ ਸੀਗੀ ਅਤੇ ਆਫਟਰ ਫਸਟ ਲੋਕਡਾਊਨ ਕੋਵਿਡ ਤੋਂ ਬਾਅਦ ਆਪਾਂ ਇਹ ਕੰਮ ਸ਼ੁਰੂ ਕੀਤਾ ਜਿੱਦਾਂ ਨਾ ਅਤੇ ਥੋੜ੍ਹਾ ਪਹਿਲੇ ਵਾਲਾ ਕੰਮ ਥੋੜ੍ਹਾ ਡਿਸਟਰਬ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਇਸ ਲਾਈਨ 'ਚ ਆਇਆ ਸੀ ਹਾਂਜੀ ਪਹਿਲੇ ਵਾਲਾ ਤੁਹਾਡਾ ਲੈਸਿਸ ਦਾ ਕੰਮ ਸੀਗਾ ਉਹ ਕੋਵਿਡ ਮਹਾਮਾਰੀ ਦੇ ਕਾਰਨ ਡਿਸਟਰਬ ਹੋਇਆ ਹਾਂਜੀ ਕੋਵਿਡ ਜਦੋਂ ਆਇਆ ਤੇ ਜਦੋਂ ਫਸਟ ਲੋਕਡਾਊਨ ਲੱਗਿਆ ਉਸ ਤੋਂ ਬਾਅਦ ਫਸਟ ਮੰਥ ਤੇ ਕੰਮ ਸਹੀ ਚੱਲਿਆ ਸਾਡਾ ਨਾ ਤੇ ਉਸ ਤੋਂ ਬਾਅਦ ਸਾਡਾ ਥੋੜ੍ਹਾ ਸਲੋ ਹੋ ਗਿਆ ਕੰਮ ਬਾਅਦ 'ਚ ਨਾ ਅਤੇ ਫਿਰ ਉਸ ਤੋਂ ਬਾਅਦ ਜਦੋਂ ਕੰਮ ਮਤਲਬ ਬਹੁਤ ਜ਼ਿਆਦਾ ਡਿਸਟਰਬ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਆਪਾਂ ਇਹ ਵਾਲਾ ਕੰਮ ਕੰਮ ਸ਼ੁਰੂ ਕੀਤਾ ਅੱਛਾ ਪ੍ਰਤੀਕ ਕਿਸ ਤਰ੍ਹਾਂ ਮੋਟੀਵੇਸ਼ਨ ਮਿਲੀ ਡੋਸਾ ਬਣਾਉਣ ਦੀ ਇੱਕ ਤੇ ਖਾਣ ਪੀਣ ਦਾ ਕੰਮ ਹੈ ਕਦੀ ਬੰਦ ਹੀ ਨਹੀਂ ਹੋ ਸਕਦਾ ਇੱਕ ਤੇ ਇਹ ਸੋਚਿਆ ਸੀ ਕਿ ਹਰ ਕੋਈ 50-60 ਰੁਪਏ ਆਪਣੇ ਲਈ ਕੱਢ ਲੈਂਦਾ ਆ ਅਤੇ ਇਸ ਕਰਕੇ ਇਹ ਬੰਦ ਹੋਣਾ ਇੱਕ ਤਾਂ ਕੈਸ਼ ਦਾ ਕੰਮ ਹੈ ਅਤੇ ਤਾਂ ਫਿਰ ਸੋਚਿਆ ਕਿ ਇੱਕ ਛੋਟਾ ਕੰਮ ਕਰੀਏ ਪਰ ਕਿ ਉਹਦੇ ਨਾਲ ਸਾਡੀ ਜਿਹੜੀ ਲਾਈਫ ਹੈ ਚੱਲ ਸਕੇ ਵਧੀਆ ਚੱਲ ਸਕੇ ਹਾਂਜੀ ਹਾਂਜੀ ਅਤੇ ਕਹਿੰਦੇ ਨਾ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਸ ਉਸ ਕੰਮ ਨੂੰ ਕਰਨ ਦੀ ਜਿਹੜੀ ਡੈਡੀਕੇਸ਼ਨ ਹੈ ਹੋਣੀ ਚਾਹੀਦੀ ਹੈ ਸੋ ਵੇਖ ਰਹੇ ਹਾਂ ਤੁਹਾਡੀ ਕਿੰਨੀ ਵਧੀਆ ਡੈਡੀਕੇਸ਼ਨ ਹੈ ਤੁਸੀਂ ਕਿੰਨਾ ਦਿਲ ਲਗਾਇਆ ਇਸ ਕੰਮ ਨੂੰ ਔਰ ਉਹ ਕੰਮ ਚੱਲ ਵੀ ਰਿਹਾ ਅੱਛਾ ਪ੍ਰਤੀਕ ਕੀ ਕਿਤੋਂ ਟ੍ਰੇਨਿੰਗ ਲਈ ਸੀਗੀ ਡੋਸੇ ਬਣਾਉਣ ਦੀ ਨਹੀਂ ਜੀ ਟ੍ਰੇਨਿੰਗ ਦੀ ਨਹੀਂ ਆਪ ਹੀ ਮਤਲਬ ਟ੍ਰੇਨਿੰਗ ਉੱਦਾਂ ਕੋਸ਼ਿਸ਼ ਕੀਤੀ ਟ੍ਰੇਨਿੰਗ ਲੈਣ ਦੀ ਅਤੇ ਮੈਂ ਕਿਸੇ ਕੋਲ ਗਿਆ ਸੀ ਸਿੱਖਣ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਿਖਾ ਦਾਂਗੇ ਪਰ ਸ਼ਰਾਬ ਦੀ ਬੋਤਲ ਲੱਗਣੀ ਹੈ ਕਿ ਅਸੀਂ ਸ਼ਰਾਬ ਦੀ ਬੋਤਲ ਲਵਾਂਗੇ ਸਿਖਾ ਦਾਂਗੇ ਪਰ ਮੈਂ ਕਿਹਾ ਨਹੀਂ ਨਾ ਅਸੀਂ ਪੀਂਦੇ ਨਾ ਅਸੀਂ ਭੁਲਾਉਂਦੇ ਇਸ ਕਰਕੇ ਅਸੀਂ ਤਵਾ ਲਿਆ ਕੇ 4 ਦਿਨ ਆਪ ਪ੍ਰੈਕਟਿਸ ਕੀਤੀ ਫਿਰ ਘਰ ਅਤੇ ਕਿੰਨੇ ਕੁ ਦਿਨਾਂ ਦੇ ਵਿੱਚ ਤੁਸੀਂ ਬਹੁਤ ਵਧੀਆ ਜਿੱਦਾਂ ਪ੍ਰੋਫੈਸ਼ਨਲ ਡੋਸਾ ਮੈਂ ਵੇਖ ਰਹੀ ਤੁਹਾਡਾ ਬਣ ਰਿਹਾ ਇਹ ਡੋਸਾ ਕਿੰਨੇ ਕੁ ਦਿਨ ਤੱਕ ਤਿਆਰ ਹੋ ਗਿਆ ਸੀਗਾ ਤੁਹਾਨੂੰ ਲੱਗਾ ਕਿ ਹੁਣ ਮੈਂ ਜਿਹੜਾ ਇਹ ਸੇਲ ਕਰ ਸਕਦਾ ਸੇਲ ਤਾਂ ਜੀ ਇੱਦਾਂ ਆਪਾਂ ਚਾਰ ਸਿੱਖਿਆ ਤਾਂ ਇੱਥੇ ਆ ਕੇ ਖੜੇ ਹੋ ਗਏ ਹੀ ਆ ਲੋਕਾਂ ਕੋਲੋਂ 4 ਦਿਨ ਆਪਾਂ ਘਰ ਪ੍ਰੈਕਟਿਸ ਕੀਤੀ 5ਵੇਂ ਦਿਨ ਇੱਥੇ ਲਾ ਲਿਆ ਅਤੇ ਪਹਿਲੇ ਦਿਨ ਜਿੱਦਾਂ ਸਹੀ ਬਣ ਗਏ ਡੋਸੇ ਫਿਰ ਉੱਦਾਂ ਪ੍ਰੋਪਰ ਸ਼ੇਪ ਆਉਣ ਨੂੰ ਨਾ ਅਤੇ ਤੁਹਾਨੂੰ 3 ਕੁ ਮਹੀਨੇ ਲੱਗ ਗਏ ਮਤਲਬ ਸ਼ੁਰੂ ਸ਼ੁਰੂ ਵਿੱਚ ਤੁਹਾਡੇ ਵਾਈਫ ਵੀ ਤੁਹਾਡੇ ਨਾਲ ਇੱਥੇ ਹੁੰਦੇ ਸੀਗੇ ਅਤੇ ਉਹ ਵੀ ਮੇਰੇ ਖਿਆਲ ਨਾਲ ਪਹਿਲਾਂ ਜੌਬ ਕਰਦੇ ਸੀ ਹਾਂਜੀ ਹਾਂਜੀ ਉਹ ਜੌਬ ਕਰਦੇ ਸੀ ਪਹਿਲੇ
ਤੇ ਐਸ ਜੀ ਐਲ ਹਸਪੀਟਲ 'ਚ ਕਰਦੇ ਸੀ, ਅਲਟਰਾਸਾਊਂਡ ਡਿਪਾਰਟਮੈਂਟ 'ਚ ਉਹ ਜੋਬ ਕਰਦੇ ਹੁੰਦੇ ਸੀ। ਤੁਹਾਨੂੰ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਪੰਜਾਬੀ ਹਾਂ ਆਪਾਂ, ਹੈ ਆਪਾਂ ਸਿੱਖ ਹਾਂ, ਕੋਈ ਹੋਰ ਕੰਮ ਕਰ ਲੈ, ਡੋਸੇ ਨਹੀਂ ਬਣਾਉਣੇ? ਇੱਥੇ ਸਾਰੇ ਐਪਰੀਸ਼ੀਏਟ ਕਰਦੇ ਆ ਦੀਦੀ, ਮੈਂ ਜਿੰਨੇ ਵੀ ਸਾਡੇ ਕਸਟਮਰ ਆਉਂਦੇ ਸਾਰੇ ਐਪਰੀਸ਼ੀਏਟ ਕਰਦੇ ਸਰ, ਉਹ ਸਗੋਂ ਮਤਲਬ ਕਰਦੇ ਆ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਕਿ ਹਾਂ ਚਲੋ ਰੇੜੀ ਲਾਈ ਹੈ, ਆਪਣਾ ਕੰਮ ਕਰ ਰਹੇ ਹੋ, ਕਿ ਪੈਸਾ ਖਰਾਬ ਤਾਂ ਨਹੀਂ, ਮਤਲਬ ਪੈਸੇ ਇੰਨਾ ਲਾ ਕੇ ਲੋਕ ਬਾਹਰ ਜਾਂਦੇ ਆ, ਸਾਡੇ ਕੋਲ ਨਾ ਪੈਸਾ ਸੀ ਅਤੇ ਬੰਦਾ ਬਾਹਰ ਜਾਵੇ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਛੋਟਾ ਕੰਮ ਕਰੀਏ ਅਤੇ ਵਧੀਆ ਆਪਣਾ ਲਾਈਫ ਚਲਾਈਏ ਫਿਰ। ਅੱਛਾ ਪ੍ਰਤੀਕ ਜੀ, ਇੱਕ ਜਦੋਂ ਆਪਾਂ ਡੋਸਾ ਤੁਸੀਂ ਰੋਜ਼ ਬਣਾਉਂਦੇ ਹੋ, ਹੈ ਨਾ, ਅਤੇ ਕਿੰਨੀ ਕੁ ਲਾਗਤ ਹੁੰਦੀ ਹੈ, ਮਤਲਬ ਕੋਸਟ ਕੀ ਹੈ ਇੱਕ ਡੋਸੇ ਦੇ ਉੱਤੇ? ਕੋਸਟ ਉੱਦਾਂ ਆਪਾਂ 70 ਦਾ ਵੇਚਦੇ ਹਾਂ, ਅਤੇ ਬਾਕੀ ਕੋਸਟਿੰਗ ਤਾਂ ਇੱਦਾਂ ਆ, ਚਲੋ ਥੋੜ੍ਹਾ ਬਹੁਤ ਵੱਧ ਜਾਂਦਾ ਹੈ, 20-30% ਕਹਿ ਲਓ ਤੁਸੀਂ, 20-30% ਵੱਧ ਜਾਂਦਾ। ਅੱਛਾ, ਅਤੇ ਕਿੰਨੇ ਤਰ੍ਹਾਂ ਦੇ ਡੋਸੇ ਅਵੇਲੇਬਲ ਨੇ ਆਪਾਂ ਕੋਲ? ਆਪਣੇ ਕੋਲ 7-8 ਤਰ੍ਹਾਂ ਦੇ ਜੋ ਡੋਸੇ ਆ, ਮਸਾਲਾ ਡੋਸਾ, ਬਟਰ ਮਸਾਲਾ, ਚੀਜ਼ ਮਸਾਲਾ, ਸਵੀਟ ਕੋਰਨ ਮਸਾਲਾ, ਓਨੀਅਨ ਮਸਾਲਾ, ਚੀਜ਼ ਕੋਰਨ ਮਸਾਲਾ, ਪਨੀਰ ਮਸਾਲਾ, ਅਤੇ ਸਾਰੇ ਡੋਸੇ, ਇਡਲੀ, ਵੜਾ, ਉਤਪਮ, ਹਰ ਚੀਜ਼ਾਂ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਸਾਊਥ ਇੰਡੀਅਨ ਹੈ। ਅੱਛਾ ਪ੍ਰਤੀਕ, ਇੱਕ ਹੋਰ ਦੱਸੋ, ਤੁਹਾਡੇ ਇੱਥੇ ਜਿਹੜਾ ਬੈਸਟ ਡੋਸਾ, ਜਿਹੜਾ ਕਿ ਸਾਨੂੰ ਵੀ ਤੁਸੀਂ ਖਵਾਉਣਾ ਹੈ, ਅਸੀਂ ਵੀ ਖਾਵਾਂਗੇ, ਅਤੇ ਮਤਲਬ ਜਿਹੜਾ ਲੋਕ ਪਸੰਦ ਕਰਦੇ ਨੇ ਕਿ ਹਾਂ ਇਹ ਬਿਲਕੁਲ ਡਿਫਰੈਂਟ ਡੋਸਾ ਹੈਗਾ? ਉੱਦਾਂ ਤਾਂ ਸਾਡੇ ਮਸਾਲੇ ਡੋਸੇ ਦੀ ਕੁਆਂਟਿਟੀ ਜ਼ਿਆਦਾ ਵਿਕਦੀ ਹੈ, ਉੱਦਾਂ ਸਾਡਾ ਸਪੈਸ਼ਲ ਹੈ ਪੀਜ਼ਾ ਡੋਸਾ, ਉਹ 'ਚ ਆਪਾਂ ਡੋਸੇ ਦੇ ਅੰਦਰ ਪੀਜ਼ੇ ਦੀ ਫਿਲਿੰਗ ਕਰ ਦਈ ਦੀ ਆ, ਥੋੜ੍ਹਾ ਜਿਹਾ ਇਹਦੇ ਨਾਲ ਉਹ ਛੋਟਾ ਹੁੰਦਾ ਅਤੇ ਬੇਸ ਹਲਕਾ ਜਿਹਾ ਮੋਟਾ ਹੁੰਦਾ ਉਹਦਾ, ਹਾਂ, ਅਤੇ ਫਿਰ ਉਹ ਤੁਹਾਨੂੰ ਟਰਾਈ ਕਰਾਉਂਦੇ ਹਾਂ ਇੱਥੇ ਜੀ। ਬਿਲਕੁਲ, ਅਸੀਂ ਦੇਖਾਂਗੇ, ਤੁਸੀਂ ਸ਼ੁਰੂ ਕਰੋ ਬਣਾਉਣਾ ਪੀਜ਼ਾ ਡੋਸਾ, ਸੋ ਦਰਸ਼ਕਾਂ ਨੂੰ ਅਸੀਂ ਦਿਖਾਉਂਦੇ ਹਾਂ ਮਸਾਲਾ ਡੋਸਾ ਜਾਂ ਓਨੀਅਨ ਡੋਸਾ ਜਾਂ ਪਨੀਰ ਵਾਲਾ ਡੋਸਾ, ਹੋਰ ਕਈ ਤਰ੍ਹਾਂ ਦੇ ਡੋਸੇ ਤੁਸੀਂ ਵੇਖੇ ਹੋਣਗੇ, ਪਰ ਅੱਜ ਅਸੀਂ ਵੇਖਾਂਗੇ, ਪ੍ਰਤੀਕ ਜੀ ਬਣਾ ਕੇ ਦਿਖਾਉਣਗੇ ਸਾਨੂੰ ਪੀਜ਼ਾ ਡੋਸਾ, ਸੋ ਬਹੁਤ ਹੀ ਡਿਫਰੈਂਟ ਵੇ ਦੇ ਨਾਲ ਬਣਦਾ, ਕਿੱਦਾਂ ਬਣਦਾ ਸਾਨੂੰ ਦੱਸਣਗੇ। ਅੱਛਾ, ਇਹ ਪੀਜ਼ਾ ਡੋਸਾ ਹੈ, ਸੋ ਪੀਜ਼ਾ ਸੌਸਿਸ ਜਿਹੜੀਆਂ ਇਹਦੇ ਵਿੱਚ ਯੂਜ਼ ਹੋਣਗੀਆਂ, ਹੈ ਨਾ, ਗਾਰਲਿਕ ਸੌਸ ਹੈਗੀ, ਅਸੀਂ ਆਪ ਬਣਾਉਂਦੇ ਹਾਂ। ਜਿੱਦਾਂ ਪੀਜ਼ੇ ਦੇ ਉੱਤੇ ਪੈਂਦਾ ਨਾ ਚੀਜ਼, ਉਸ ਤਰੀਕੇ ਦੇ ਨਾਲ ਹੀ ਜਿਹੜਾ ਚੀਜ਼ ਹੈ ਇਹਦੇ 'ਤੇ ਜਾ ਰਿਹਾ, ਹੈ ਨਾ ਜੀ।